ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੇ ਡਿਜ਼ਾਇਨ ਸ਼ੇਅਰ ਕਰ ਰਹੇ ਹਾਂ। ਸੋ ਇਹ ਬਾਲਾ ਵਰਕ ਦਾ ਡਿਜ਼ਾਇਨ ਹੈਗਾ ਜੀ, ਔਰ ਇਹਨੂੰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ 'ਤੇ ਬਣਾ ਸਕਦੇ ਹੋ। ਸੋ ਇਹ ਲਾਈਟ ਪਰਪਲ ਸ਼ੇਡ 'ਤੇ ਬਣਿਆ ਹੋਇਆ ਔਰ ਬਹੁਤ ਹੀ ਪਿਆਰਾ ਬਣਦਾ ਇਹ, ਕਿਉਂਕਿ ਅਗਰ ਤੁਸੀਂ ਘੇਰੇ ਦਾ ਡਿਜ਼ਾਇਨ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਘੇਰੇ 'ਤੇ ਡਿਜ਼ਾਇਨ ਦੇ ਅਕੋਰਡਿੰਗ ਹੈ ਜਿਹੜਾ ਬਣਾ ਸਕਦੇ ਹੋ, ਕਿਉਂਕਿ ਇਹ ਲਾਈਟ ਪਰਪਲ ਹੈ। ਔਰ ਇਹਦੇ 'ਤੇ ਅਸੀਂ ਮਜੰਟਾ ਸ਼ੇਡ ਲਾਇਆ ਹੋਇਆ, ਔਰੇਂਜ ਸ਼ੇਡ ਲਾਇਆ ਹੋਇਆ। ਸੋ ਇਹਦੀ ਜਿਹੜੀ ਗ੍ਰੇਸ ਹੈਗੀ ਆ ਬਹੁਤ ਹੀ ਪਿਆਰੀ ਆਈ ਹੈ। ਸੋ ਵਿੱਚ ਹੈ ਜਿਹੜਾ ਉਹਦਾ ਉੱਪਰ ਤੱਕ ਬੂਟੀ ਆਉਂਦੀ ਹੈ, ਔਰ ਬਹੁਤ ਹੀ ਪਿਆਰਾ ਇਹ ਲਾਈਟ ਜਿਹੜਾ ਕਲਰ ਕੰਬੀਨੇਸ਼ਨ ਦਿੱਤਾ ਹੋਇਆ ਜੀ, ਇਹਦਾ ਕਲਰਸ ਦੇ ਅਕੋਰਡਿੰਗ। ਔਰ ਇਹ ਜੋਰਜਟ 'ਤੇ ਬਣਿਆ ਹੋਇਆ ਜੀ, ਤੁਸੀਂ ਕਰੀਪ 'ਤੇ ਵੀ ਬਣਾ ਸਕਦੇ ਹੋ, ਕਿਸੇ ਹੋਰ ਸ਼ੇਡ 'ਤੇ ਵੀ ਬਣਾ ਸਕਦੇ ਹੋ, ਕਿਉਂਕਿ ਲਾਈਟ ਸੀ ਗ੍ਰੀਨ ਜਿਵੇਂ ਲਾਈਟ ਟੋਨ ਦੇ ਵਿੱਚ ਅਗਰ ਤੁਸੀਂ ਇਹ ਵਰਕ ਕਰਾਉਂਦੇ ਹੋ ਤਾਂ ਅਸੀਂ ਇਹਦੇ 'ਤੇ ਡਾਰਕ ਸ਼ੇਡ ਲਾ ਕੇ, ਔਰ ਜਿਸ ਤਰ੍ਹਾਂ ਇਹ ਲਾਈਟ ਸ਼ੇਡ ਹੈ ਔਰ ਬਹੁਤ ਹੀ ਵਧੀਆ ਕਰੀਸ ਦਿੰਦਾ ਹੈਗਾ, ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ 'ਤੇ ਬਣਾ ਸਕਦੇ ਹੋ। ਵਿੱਚ ਹੈ ਜਿਹੜਾ ਇਹਦਾ ਦੋ ਅਸੀਂ ਅਲੱਗ ਅਲੱਗ ਸ਼ੇਡਸ ਦੀ ਜਿਹੜੀ ਬੂਟੀ ਦਿੱਤੀ ਉੱਪਰ ਤੱਕ, ਇਹ ਪੂਰਾ ਫੁਲਫਿਲ ਹੋ ਜਾਂਦਾ, ਚੌਕਾਂ ਤੱਕ ਜਿਹੜੀ ਇਹਦੀ ਹੈਵੀ ਇੰਬਰਾਇਡਰੀ ਆ ਜਾਂਦੀ ਹੈ ਜੀ, ਇਹ ਦੇਖੋ। ਔਰ ਇਹਦੇ ਨਾਲ ਤੁਸੀਂ ਦੁਪੱਟਾ 'ਚ ਨੌਨ ਵਿਦ ਲੇਸਿਸ ਕਰਾਂਗੇ। ਸੋ ਇਹ ਓਨਲੀ ਹਜੇ ਸੂਟ ਰੈਡੀ ਹੋਇਆ, ਜਿਵੇਂ ਕਿ ਇਹ ਸਾਰਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸਕਾਈ ਸ਼ੇਡ ਦਾ ਸੂਟ ਹੈਗਾ, ਜੋਰਜਟ ਦਾ ਹੀ, ਔਰ ਬਾਲਾ ਵਰਕ ਹੈ, ਔਰ ਉੱਪਰ ਤੱਕ ਇਹਦੇ ਜਿਹੜੇ ਫਲਾਰ, ਔਰ ਜਿਵੇਂ ਸੈਂਟਰ ਪੈਨਲ ਤਿੱਲੇ ਦੇ ਅਸੀਂ ਉੱਪਰ ਤੱਕ ਜਿਹੜੇ ਚਾਵਲ ਟੰਕ ਆ ਜਾਂਦਾ, ਵਿੱਚ ਇਹਦੇ ਸੈਂਟਰ 3 ਫਲਾਰ ਆ ਜਾਂਦੇ ਆ। ਬਹੁਤ ਹੀ ਪਿਆਰੀ ਜੀ ਗ੍ਰੇਸ ਹੈ, ਔਰ ਸਾਰਿਆਂ ਵੱਲੋਂ ਇਹ ਡਿਜ਼ਾਇਨ ਆ ਜਿਹੜਾ ਬਹੁਤ ਹੀ ਪਸੰਦ ਕੀਤਾ, ਔਰ ਸਾਰੇ ਅਲੱਗ ਅਲੱਗ ਸ਼ੇਡ 'ਤੇ ਤੁਸੀਂ ਬਣਾ ਸਕਦੇ ਹੋ, ਲਾਈਟ ਪਰਪਲ, ਲਾਈਟ ਪਿੰਕ ਸ਼ੇਡ 'ਤੇ, ਔਰ ਜਿਸ 'ਤੇ ਵੀ ਅਸੀਂ ਬਣਾਉਂਦੇ ਹਾਂ। ਇਹ ਜਿਹੜਾ ਵਰਕ ਹੈਗਾ ਬਹੁਤ ਗ੍ਰੇਸ ਦਿੰਦਾ। ਇਹਦੇ ਨਾਲ ਅਸੀਂ ਔਰਗੈਂਜ਼ਾ ਦੁਪੱਟਾ ਕੀਤਾ ਜੀ, ਔਰ ਵਿੱਚ ਹੈ ਜਿਹੜਾ ਫਲਾਰ ਇਹਦੇ। ਸੋ ਤੁਸੀਂ ਇਹਦੇ ਨਾਲ ਚਨੌਨ ਦੁਪੱਟਾ ਵਿਦ ਲੇਸਿਸ ਵੀ ਕਰ ਸਕਦੇ ਹੋ, ਜੇ ਅਗਰ ਔਰਗੈਂਜ਼ਾ ਦੁਪੱਟਾ ਵਿਦ ਵਰਕ ਕਰਦੇ ਹੋ ਤਾਂ ਇਹਦੀ ਜਿਹੜੀ ਪ੍ਰਾਈਜ਼ ਹੈਗੀ ਹੈ ਚੇਂਜ ਹੋ ਜਾਂਦੀ ਹੈ। ਸੋ ਹਰ ਇੱਕ ਜਿਵੇਂ ਜੇ ਅਗਰ ਤੁਸੀਂ ਇਹਦੇ ਨਾਲ ਟੈਬੀ ਦਾ ਦੁਪੱਟਾ ਕਰਦੇ ਹੋ ਤਾਂ ਅਲੱਗ ਰੇਂਜ ਹੋ ਜਾਂਦੀ ਹੈ। ਕਈ ਵਾਰੀ ਜਦੋਂ ਮੈਂ ਇਹਨਾਂ ਦੀ ਰੇਂਜ ਦਾ ਅਲੱਗ ਅਲੱਗ ਦੱਸਦੀ ਹਾਂ ਤਾਂ ਸਾਰਿਆਂ ਦਾ ਕੁਸ਼ਚਨ ਹੁੰਦਾ ਕਿ ਤੁਸੀਂ ਲਾਸਟ 'ਤੇ ਇਸ ਤਰ੍ਹਾਂ ਦੱਸਿਆ ਸੀਗਾ, ਕਿਉਂਕਿ ਤੁਸੀਂ ਵੀਡੀਓ ਧਿਆਨ ਨਾਲ ਦੇਖਿਆ ਕਰੋ ਜੀ। ਜਿਵੇਂ ਵੀ ਅੱਜ ਵਾਲੀ ਵੀਡੀਓ ਜਿਵੇਂ ਇਹਦੇ ਵਿੱਚ ਅਸੀਂ ਜਿਵੇਂ ਦਿਖਾਇਆ, ਮੈਂ ਉਹਦੇ ਅਕੋਰਡਿੰਗ ਤੁਹਾਨੂੰ ਪ੍ਰਾਈਜ਼ ਦੱਸੂੰਗੀ ਵਿਦ ਦੁਪੱਟਾ ਵਰਕ ਨਾਲ। ਅਗਰ ਲੇਸਿਸ ਵਾਲਾ ਦੁਪੱਟਾ ਦਿਖਾਇਆ ਤਾਂ ਆਪਾਂ ਉਹਦੇ ਅਕੋਰਡਿੰਗ ਹੈ ਜਿਹੜਾ ਤੁਹਾਨੂੰ ਵਰਕ ਦਾ ਪ੍ਰਾਈਜ਼ ਦੱਸਾਂਗੇ। ਸੋ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹੈ ਜਿਹੜਾ ਕੋਈ ਵੀ ਵਰਕ ਕਿਵੇਂ ਵੀ ਕਰਵਾ ਸਕਦੇ ਹੋ। ਸੋ ਔਡਰ ਪਲੇਸ ਕਰਨ ਲਈ ਜੀ ਮੇਰਾ ਵਟਸਐਪ ਨੰਬਰ ਹੈਗਾ 7589231377 'ਤੇ ਜਾ ਕੇ ਸਕਰੀਨਸ਼ੋਟ ਭੇਜ ਕੇ ਮੈਸੇਜ ਛੱਡਿਆ ਕਰੋ, ਮੈਸੇਜ ਦੇ ਰਿਪਲਾਈ ਦੀ ਵੇਟ ਕਰਿਆ ਕਰੋ। ਔਰ ਇੱਕ ਜ਼ਰੂਰੀ ਗੱਲ ਹੈ ਜੀ ਕਿ ਜਿਨ੍ਹਾਂ ਨੇ ਔਡਰ ਦਿੱਤੇ ਹੋਏ ਹੈ, ਜਿਨ੍ਹਾਂ ਦੇ ਫੋਨ ਪਿੱਕ ਨਹੀਂ ਹੋ ਰਹੇ ਅਤੇ ਉਹਨਾਂ ਨੂੰ ਇੱਕਦਮ ਪੈਨਿਕ ਹੋ ਜਾਂਦਾ ਹੈ ਕਿ ਸਾਡਾ ਜਿਹੜਾ ਔਡਰ ਹੈ ਆਇਆ ਨਹੀਂ ਜਾਂ ਫੋਨ ਨਹੀਂ ਪਿੱਕ ਕਰ ਰਹੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਜੀ। ਜਦੋਂ ਮੈਂ ਤੁਹਾਨੂੰ ਡੇਲੀ ਕਹਿੰਦੀ ਹਾਂ ਕਿ ਤੁਸੀਂ ਮੈਨੂੰ ਵਟਸਐਪ ਮੈਸੇਜ ਕਰੋ, ਮੈਸੇਜ ਦਾ ਰਿਪਲਾਈ ਮੈਂ ਜ਼ਰੂਰ ਕਰੂੰਗੀ। ਕਈ ਵਾਰ ਕੀ ਹੁੰਦਾ ਹੈ ਕਿ ਤੁਹਾਡਾ ਮੈਸੇਜ ਵਟਸਐਪ ਮੈਸੇਜ ਹੈ, ਜਦੋਂ ਮੈਂ ਚੈੱਕ ਕਰਦੀ ਹਾਂ ਤਾਂ ਕੋਈ ਕਾਲ ਆ ਜਾਂਦੀ ਹੈ ਜਾਂ ਜ਼ਰੂਰੀ ਕਾਲ ਆ ਜਾਂਦੀ ਹੈ, ਉਹ ਜਦੋਂ ਮੈਂ ਚੈੱਕ ਕਾਲ ਜਦੋਂ ਅਟੈਂਡ ਕਰਦੇ ਹੈਗੇ ਹਾਂ ਤਾਂ ਜਦੋਂ ਦੁਬਾਰਾ ਤੁਹਾਡਾ ਮੈਸੇਜ ਜਿਹੜਾ ਸੀਨ ਕਰਕੇ ਛੱਡਿਆ ਜਾਂਦਾ, ਔਰ ਕੋਈ ਹੋਰ ਮੈਸੇਜ ਜਿਹੜੇ ਉੱਪਰ ਆ ਜਾਂਦੇ ਤਾਂ ਤੁਹਾਡਾ ਮੈਸੇਜ ਬਹੁਤ ਨੀਚੇ ਚਲਾ ਜਾਂਦਾ, ਪਤਾ ਨਹੀਂ ਚੱਲਦਾ। ਸੋ ਬਹੁਤ ਸਾਰੇ ਸਰਕਮਸਟਾਂਸਿਸ ਇਹੋ ਜਿਹੇ ਬਣ ਜਾਂਦੇ ਹੈ ਕਿ ਤੁਹਾਡਾ ਮੈਸੇਜ ਸੀਨ ਵੀ ਹੋ ਜਾਂਦਾ ਔਰ ਰਿਪਲਾਈ ਨਹੀਂ ਹੁੰਦਾ। ਸੋ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਮੈਸੇਜ ਦਾ ਜਿਹੜਾ ਅਸੀਂ ਰਿਪਲਾਈ ਕਰੀਏ। ਸੋ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਤੁਹਾਡਾ ਸੂਟ ਹੈ ਜਿਹੜਾ ਤੁਹਾਨੂੰ ਮਿਲੂਗਾ ਨਹੀਂ। ਸੋ ਤੁਸੀਂ ਥੋੜ੍ਹਾ ਜਿਹਾ ਜਿਹੜਾ, ਕਿਉਂਕਿ ਸੀਜ਼ਨ ਦਾ ਟਾਈਮ ਹੈ, ਥੋੜ੍ਹਾ ਜਿਹਾ ਲੇਟ ਹੋ ਰਿਹਾ, ਸੋ ਥੋੜ੍ਹਾ ਸਬਰ ਰੱਖਿਆ ਕਰੋ ਔਰ ਮੈਸੇਜ ਦੁਬਾਰਾ ਮੈਸੇਜ ਕਰ ਦਿਆ ਕਰੋ, ਕਿਉਂਕਿ ਜਦੋਂ ਦੁਬਾਰਾ ਸੀਨ ਹੁੰਦੇ ਆ ਤਾਂ ਫਿਰ ਜ਼ਰੂਰ ਤੁਹਾਡਾ ਰਿਪਲਾਈ ਦੇਵਾਂਗੇ। ਸੋ ਇਸੇ ਤਰ੍ਹਾਂ ਜੀ ਤੁਸੀਂ ਔਡਰ ਪਲੇਸ ਕਰ ਸਕਦੇ ਹੋ, ਆਪਣਾ ਔਡਰ ਫਾਈਨਲ ਕਰ ਸਕਦੇ ਹੋ। ਸੋ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।